ਤਕਰੀਬਨ ਆਪਣੇ 2400 ਦੇ ਪ੍ਰੋਡਕਟ ਨਾਲ ਫ੍ਰੀ ਮਿਲਦੇ ਆ। ਮਤਲਬ ਅਸੀਂ ਰਾਤੀ ਆਰਡਰ ਪਾਇਆ ਸੀ, ਮਤਲਬ ਕਿ ਅਗਰ ਆਪਾਂ 12,500 ਦਾ ਬਿੱਲ ਕੱਟਦੇ ਆ, ਠੀਕ ਹੈ, ਜਸਟ ਆਪਣੀ 10,000 ਪੇਮੈਂਟ ਲੱਗੇਗੀ, ਜਿਹੜਾ 2400 ਦੇ ਪ੍ਰੋਡਕਟ ਆਪਾਂ ਨੂੰ ਫ੍ਰੀ ਮਿਲ ਰਿਹਾ। ਤੁਸੀਂ ਦੇਖੋ 2400 ਰੁਪਇਆ ਬਹੁਤ ਵੱਡੀ ਗੱਲ ਹੁੰਦੀ ਆ, ਕਿਉਂਕਿ 10,000 ਤੇ ਆਪਾਂ ਨੂੰ 1400 ਕੈਸ਼ਬੈਕ ਆਉਂਦੇ ਆ, ਬਟ ਇੱਧਰ ਆਪਾਂ ਨੂੰ 2400 ਰੁਪਇਆ ਦੇ 2400 ਦੇ ਪ੍ਰੋਡਕਟ ਮਿਲ ਰਿਹਾ। ਤੁਸੀਂ ਸਿੱਧਾ ਕੈਲਕੂਲੇਸ਼ਨ ਕਰੋ ਕਿੱਥੇ ਆਪਾਂ ਨੂੰ 10,000 ਤੇ 1400 ਆਉਂਦੇ ਸੀ, ਕਿੱਥੇ ਇੱਥੇ 10,000 ਦੇ ਬਿਜ਼ਨਸ ਤੇ 2400 ਦੇ ਪ੍ਰੋਡਕਟ 800 ਰੁਪਇਆ ਕੈਸ਼ਬੈਕ ABO ਚ ਅਗਰ ਆਪਾਂ ਕਰਵਾਉਂਦੇ ਹਾਂ, ਠੀਕ ਹੈ, ਯਾਨੀ 3200 ਰੁਪਇਆ 10,000 ਤੇ ਬਿੱਲ ਚ ਆਪਾਂ ਨੂੰ 3200 ਰੁਪਏ ਦਾ ਬੈਨੀਫਿਟ ਹੋ ਰਿਹਾ ਬਿਲਕੁਲ ਸਟੇਟ। 2400 ਤੋਂ ਬਾਹਰ ਦੀ ਬਾਹਰੀ ਪ੍ਰੋਡਕਟ ਹੀ ਆ ਗਏ ਆਪਾਂ ਨੂੰ, ਠੀਕ ਹੈ, 800 ਰੁਪਏ ਆਪਣੇ ਅਕਾਊਂਟ ਚ ਕੈਸ਼ਬੈਕ। ਤੁਸੀਂ ਮੈਨੂੰ ਸੱਚੀ ਦੱਸੋ, 10,000 ਦਾ ਬਿਜ਼ਨਸ ਕਰਨ ਤੇ ਆਪਾਂ ਨੂੰ 3200 ਰੁਪਏ ਦਾ ਫਾਇਦਾ ਹੋ ਰਿਹਾ, ਐਸਾ ਕਿਹੜਾ ਬਿਜ਼ਨਸ ਆ ਜਿਹਦੇ ਵਿੱਚ ਆਪਾਂ ਨੂੰ ਇੰਨਾ ਜ਼ਿਆਦਾ ਬੈਨੀਫਿਟ ਮਤਲਬ ਹੋਏਗਾ, ਠੀਕ ਹੈ। ਬਟ ਇੱਥੇ ਕੀ ਆ ਗੱਲ, ਸਿਰਫ 10,000 ਦੇ ਨਹੀਂ, ਇਹ ਜਿਹੜੀ ਆਫਰ ਹੈ 15 ਤਰੀਕ ਤੱਕ ਆ, ਠੀਕ ਹੈ, 15 ਤੱਕ। ਅਗਰ ਆਪਾਂ ਉਹ ਆਪਣੀ ਕਪੈਸਿਟੀ ਆ ਕਿ ਤੁਸੀਂ 10,000 ਦਾ ਬਿੱਲ ਕਿੰਨੀ ਵਾਰ ਰਿਪੀਟ ਕਰ ਸਕਦੇ, ਤੁਹਾਡੇ ਅੰਦਰ ਹਿੰਮਤ ਆ, ਤੁਹਾਡੇ ਅੰਦਰ ਗਟਸ ਆ, ਤੁਸੀਂ ਉਸ ਮਤਲਬ ਮੇਰੇ ਅਕੋਰਡਿੰਗ, ਮੇਰੇ ਮਤਲਬ ਜਿਹੜਾ ਜਿਹੜਾ ਬੰਦਾ 300 PV ਇੱਕ ਮੰਥ ਚ ਕਰ ਲੈਂਦਾ ਹੈ, ਅਗਰ ਉਹ ਮਤਲਬ 15 ਤਰੀਕ ਤੱਕ ਦੋ ਤੋਂ ਤਿੰਨ ਵਾਰ ਉਸ ਚੀਜ਼ ਨੂੰ ਕਮਾਏਗਾ, ਤੁਸੀਂ ਸੋਚੋ 24x48 ਹੋ ਗਿਆ, ਮਤਲਬ 5,000 ਦਾ ਤੁਸੀਂ ਸੋਚੋ 200 PV ਤੇ ਉਹਨੂੰ ਬਾਹਰ ਦੀ ਬਾਹਰ ਬੈਨੀਫਿਟ ਹੋਏਗਾ। ਮਤਲਬ ਤੁਸੀਂ ਤੁਹਾਡੇ ਅੰਦਰ ਕਪੈਸਿਟੀ ਆ, ਤੁਸੀਂ ਉਹ 10,000 ਨੂੰ ਕਿੰਨੀ ਵਾਰ 15 ਤੱਕ ਕਮਾ ਸਕਦੇ ਹੋ, ਠੀਕ ਹੈ। ਮਿਨੀਮਮ ਮੰਨ ਕੇ ਚਲੋ ਜਿਹੜਾ ਬੰਦਾ ਸਾਰੇ ਮਹੀਨੇ ਚ ਮੇਰੇ ਮਤਲਬ ਸਾਰੇ ਮਤਲਬ ਉਹ ਹਰ ਕੋਈ ਲੀਡਰ ਸਮਝ ਲੇ, ਮੈਂ ਜਿਹਦੇ ਲਈ ਆ ਗੱਲ ਕਹਿ ਰਹੀ ਹਾਂ, ਅਗਰ ਕੋਈ ਪਰਸਨ ਸਾਰੇ ਮਹੀਨੇ ਚ 100 PV ਕਰਦਾ, 10,000 ਦਾ ਬਿਜ਼ਨਸ ਕਰਦਾ, ਮਿਨੀਮਮ ਅਗਰ ਉਹਨੇ 15 ਤਰੀਕ ਤੱਕ ਵੀ ਆਪਦਾ 100 PV ਕਰ ਲਿਆ, ਉਹਨੂੰ 2400 ਰੁਪਏ ਦੇ ਪ੍ਰੋਡਕਟ ਨਾਲ ਦੀ ਨਾਲ ਫ੍ਰੀ ਮਿਲ ਜਾਣਗੇ, ਠੀਕ ਹੈ। ਸੈਕਿੰਡ ਨੰਬਰ ਤੇ ਜਿਹੜਾ ਬੰਦਾ ਮਤਲਬ 300 PV ਕਰਦਾ, ਉਹ ਅਗਰ ਮਤਲਬ ਜਿਹੜਾ ਵੀ ਇਨਸਾਨ ਆਪਦਾ 300 PV ਦਾ ਗੋਲ ਰੱਖਦਾ, 5 ਤਰੀਕ ਤੱਕ ਆਪਦਾ 100 PV ਡਨ ਕਰੋ, ਫਿਰ 10 ਤੱਕ ਡਨ ਕਰੋ, ਫਿਰ 15 ਤੱਕ, ਯਾਨੀ ਅਗਰ ਉਹਨਾਂ ਨੇ 15 ਤੱਕ ਆਪਦਾ 300 PV ਕਰ ਲਿਆ, ਤੁਸੀਂ ਹੁਣ 2400 ਨੂੰ ਤਿੰਨ ਨਾਲ ਕੈਲਕੂਲੇਟ ਕਰਕੇ ਦੇਖ ਲਓ ਉਹਨਾਂ ਨੂੰ ਕਿੰਨਾ ਬੈਨੀਫਿਟ ਹੋਏਗਾ। ਮਤਲਬ ਇਹ ਆਪਣਾ ਬਿਜ਼ਨਸ, ਆਪਣਾ ਬ੍ਰੇਨ ਆ, ਆਪਣੇ ਚ ਹਿੰਮਤ ਆ ਕਿ ਤੁਸੀਂ ਇਹਦੇ ਚੋਂ ਕਿੰਨਾ ਕਮਾ ਸਕਦੇ ਹੋ, ਠੀਕ ਹੈ। ਐਮਵੇ ਕੋਈ ਕਸਰ ਨਹੀਂ ਛੱਡ ਰਿਹਾ ਕਿ ਜਿੰਨੀ ਮਤਲਬ ਮੈਂ ਸੀਰੀਅਸਲੀ, ਮੈਨੂੰ ਕਿੰਨਾ ਟਾਈਮ ਹੋ ਗਿਆ, ਇੰਨੀ ਜ਼ਬਰਦਸਤ ਆਫਰ ਆਈ ਹੈ। ਕਈ ਵਾਰ ਕਈਆਂ ਦੇ ਐਕਸਕਿਊਜ਼ ਹੁੰਦੇ ਸੀ, ਆਫਰ ਨੀ ਵਧੀਆ, ਗਿਫਟ ਨੀ ਵਧੀਆ, ਪੈਸੇ ਨੀ ਸਹੀ ਆਉਂਦੇ, ਬਹੁਤ ਕੁਛ ਕਹਿੰਦੇ ਨੇ ਸਾਰੇ, ਹਨਾ। ਹੁਣ ਤਾਂ ਸਾਰਾ ਕੁਛ ਹੀ ਸਹੀ ਹੋ ਗਿਆ, ਮਤਲਬ 2400 ਰੁਪਏ ਦੇ ਆਪਾਂ ਨੂੰ ਪ੍ਰੋਡਕਟਸ ਮਿਲ ਰਹੇ ਨੇ, ਕੈਸ਼ਬੈਕ ਆ ਰਿਹਾ, 10,000 ਤੇ ਆਪਾਂ ਨੂੰ 3200 ਰੁਪਏ ਦਾ ਬੈਨੀਫਿਟ ਹੋ ਰਿਹਾ, ਤਾਂ ਆਪਾਂ ਸਿਰਫ 10,000 ਤੋਂ ਬਿਜ਼ਨਸ ਨਹੀਂ ਕਰਨਾ ਹੈਗਾ, ਹਨਾ। 10,000 ਨਹੀਂ, ਉਹ ਆਪਣੀ ਜੀ ਹਿੰਮਤ ਆ, 15 ਤੱਕ ਆਪਾਂ ਨੂੰ 10 ਨੂੰ ਕਿੰਨੀ ਵਾਰ ਕਮਾ ਸਕਦੇ ਹਾਂ, ਠੀਕ ਹੈ। ਇਹ ਹੋ ਗਿਆ, ਆਈ ਥਿੰਕ ਇਹ ਸਭ ਨੂੰ ਕਲੀਅਰ ਹੋ ਗਿਆ ਆਫਰ ਬਾਰੇ, ਠੀਕ ਹੈ। ਅਗਰ ਨਹੀਂ ਤਾਂ ਪਰਸਨਲੀ ਬਾਅਦ ਚੋਂ ਸਾਨੂੰ ਕਾਲ ਕਰਕੇ ਪੁੱਛ ਸਕਦੇ ਆ। ਉਸ ਤੋਂ ਬਾਅਦ ਮਤਲਬ ਇੱਕ ਗੱਲ ਮੈਂ ਜ਼ਰੂਰ ਕਹੂੰਗੀ ਕਿ ਜਦੋਂ ਆਪਣਾ ਮੰਥ ਸਟਾਰਟ ਹੋ ਜਾਂਦਾ, ਤੁਸੀਂ ਇਸ ਮੰਥ ਹਰ ਕੋਈ ਆਪਦਾ ਗੋਲ ਜ਼ਰੂਰ ਬਣਾਓ, ਕਿਉਂਕਿ ਬਿਨਾਂ ਗੋਲ ਤੋਂ ਜ਼ਿੰਦਗੀ ਗੋਲ ਆ, ਇਹ ਬਿਲਕੁਲ ਕਲੀਅਰ ਆ। ਕਿਉਂਕਿ ਜਿਸ ਇਨਸਾਨ ਦਾ ਗੋਲ ਨਹੀਂ ਹੈਗਾ ਨਾ, ਉਹਦੀ ਲਾਈਫ ਸਮਝੋ ਗੋਲ ਆ, ਬਿਲਕੁਲ ਅੰਡੇ ਵਾਂਗੂ ਗੋਲ ਆ, ਠੀਕ ਹੈ। ਉਹਦਾ ਕੁਛ ਵੀ ਨਹੀਂ ਬਣ ਸਕਦਾ ਹੈਗਾ, ਗੋਲ ਜ਼ਰੂਰ ਬਣਾਓ ਕਿ ਮੈਂ ਇਸ ਮੰਥ ਕਿਹੜਾ ਲੈਵਲ ਅਚੀਵ ਕਰਨਾ, ਫਿਰ ਉਸ ਗੋਲ ਨੂੰ ਛੋਟੇ ਛੋਟੇ ਦਿਨਾਂ ਚ ਡਿਵਾਈਡ ਕਰੋ। ਲਾਈਕ ਅਗਰ ਤੁਸੀਂ ਕੋਈ ਵੀ ਲੈਵਲ, ਮੈਨੂੰ ਨੀ ਪਤਾ ਤੁਸੀਂ ਕਿਹੜਾ ਲੈਵਲ, ਮਤਲਬ ਹਰ ਕੋਈ 300 PV ਕਰਨਾ ਚਾਹੁੰਦੇ ਹੋ, 600, 1200, ਉਹਨੂੰ ਡਿਵਾਈਡ, ਲਾਈਕ ਨਿੱਕਾ ਜਿਹਾ ਐਗਜ਼ਾਮਪਲ, ਲਾਈਕ ਅਗਰ ਕੋਈ 600 PV ਕਰਨਾ ਚਾਹੁੰਦਾ ਵਾ, ਠੀਕ ਹੈ, ਮਿਨੀਮਮ ਮੰਨ ਕੇ ਚੱਲੋ ਉਹਨਾਂ ਦਾ 10 ਤਰੀਕ ਤੱਕ 200 PV ਹੋਣਾ ਚਾਹੀਦਾ ਹੈ। ਤੇ ਅਗਰ ਕੋਈ 600 ਮਤਲਬ 10 ਤਰੀਕ ਤੱਕ, ਅਗਰ 5 ਤਰੀਕ ਤੱਕ ਉਹਨਾਂ ਦਾ ਮਤਲਬ 100 PV ਪੈਣਾ ਹੀ ਚਾਹੀਦਾ ਹੈ। ਅਗਰ 5 ਤੱਕ 100, ਕਈ ਤੱਕ ਕਈ ਵਾਰ ਨਾ ਆਪਾਂ 20-25 ਤਰੀਕ ਤੱਕ ਸੋਚੀਦਾ ਐਂਡ ਚ ਕਰਾਂਗੇ, ਐਂਡ ਚ ਬਸ, ਫਿਰ ਐਂਡ ਚ ਤਾਂ ਐਂਡ ਹੀ ਹੋ ਜਾਂਦੀ ਆ। ਅਗਰ ਤੁਸੀਂ ਸਟਾਰਟਿੰਗ ਤੋਂ ਬਿਜ਼ਨਸ ਕਰੋਗੇ, ਮਤਲਬ ਤੁਸੀਂ ਦੇਖੋ, ਅਗਰ ਤੁਹਾਡੇ ਕੰਪਿਊਟਰ ਚ ਸਭ ਤੋਂ ਮੇਨ ਇੱਕ ਹੋਰ ਗੱਲ, ਸਭ ਨੂੰ ਆਪਦਾ ABO ਨੰਬਰ ਜ਼ਰੂਰ ਪਤਾ ਹੋਣਾ ਚਾਹੀਦਾ, ਤਾਂ ਕਿ ਆਪਦਾ ਖੋਲੋ, ਆਪਦੀ ਆਈਡੀ ਖੋਲੋ। ਮੈਂ ਦਿਨ ਚ ਕਈ ਵਾਰ ਖੋਲ ਕੇ ਦੇਖਦੀ ਹਾਂ, ਖੋਲੋ ਤਾਂ ਜੋ ਦਿਖੂਗੇ ਨਾ ਵਿੱਚ ਜੀਰਵਾਂ ਜੀਰਵਾਂ ਜੀਰਵਾਂ, ਕੁਛ ਵੀ ਨਹੀਂ ਗਾ, ਫਿਰ ਪਤਾ ਲੱਗਦਾ ਵੀ ਇਹ ਕੀ ਸਾਡਾ ਬਿਜ਼ਨਸ ਹੁੰਦਾ ਹੈ। ਜਦੋਂ ਵਿੱਚੋਂ PV ਦਿਖੇਗੀ, ਫਿਰ ਆਪਣਾ ਮਤਲਬ, ਇਸ ਲਈ ਡਾਕਟਰ ਮੋਹਿੰਦਰ ਵੜੈਚ ਹਮੇਸ਼ਾ ਕਹਿੰਦੇ ਨੇ ਆਪਣੇ ਬਿਜ਼ਨਸ ਦੇ ਕਰਾਉਣ, ਜਿਹੜਾ ਬੰਦਾ ਕਹਿੰਦੇ 5-6 ਤਰੀਕ ਤੱਕ 100 PV ਨਹੀਂ ਕਰਦਾ, ਉਹਦਾ ਕੰਪਿਊਟਰ ਚ 0 ਆ, ਬਸ ਕਹਿੰਦੇ ਉਹਦੇ 0 ਹੀ ਲੱਗੀ ਰਹੇਗੀ, ਉਹੋ ਜਿਹੀ ਉਹਦੀ ਟੀਮ ਚ ਆਣਗੇ। ਇਸ ਲਈ ਜਿਹੜਾ ਹੁਣ ਸੰਦੀਪ ਭਾਜੀ ਨੇ ਕਰੈਕਟਰ ਡੇ ਰੱਖਿਆ ਹੋਇਆ ਵਾ, 3 ਤਰੀਕ ਨੂੰ ਆਪਦਾ 100 PV ਕਰਨਾ ਹੀ ਕਰਨਾ, ਫਿਰ ਵੀ 3 ਤੋਂ ਅਸੀਂ 5 ਤੱਕ ਕਹਿੰਦੇ ਹਾਂ, 5 ਤੱਕ ਆਪਦਾ 100 PV ਜ਼ਰੂਰ ਕਰੋ। ਜਿਹੜੇ ਵੀ ਲੀਡਰਸ ਨੇ ਪਾ ਲਿਆ, ਬਹੁਤ ਵਧੀਆ, ਜਿਨ੍ਹਾਂ ਦੇ ਨਹੀਂ ਗਾ, ਮੈਂ ਇਸ ਤਰ੍ਹਾਂ ਨਹੀਂ ਕਹਿ ਰਹੀ, ਤੁਸੀਂ ਸਟੋਕ ਚੱਕੋ, ਤੁਸੀਂ ਆਰਡਰ ਲਓ ਆਪਦਾ, ਆਰਡਰ ਲੈ ਕੇ, ਕਿਉਂਕਿ ਇੰਨੇ ਅੱਛੇ ਪ੍ਰੋਡਕਟਸ ਨੇ ਆਪਣੇ ਕੋਲ, ਇੰਨੀ, ਇਸ ਤਰ੍ਹਾਂ ਕਦੀ ਹੁੰਦਾ ਨੀਗਾ ਕਿ ਆਪਾਂ ਐਫਰਟ ਕਰੀਏ ਤਾਂ ਆਪਾਂ ਨੂੰ ਰਿਜ਼ਲਟ ਨਾ ਆਵੇ, ਇੰਪੋਸੀਬਲ ਆ, ਹੋ ਹੀ ਨਹੀਂ ਸਕਦਾ ਹੈਗਾ। 5 ਤਰੀਕ ਤੱਕ ਆਰਡਰ ਲਓ, 1 ਨੀ 10 ਨੀ 15 ਨੀ 20 ਕਾਲ ਕਰੋ, ਏਦਾਂ ਹੋ ਹੀ ਨਹੀਂ ਸਕਦਾ, ਤੁਸੀਂ 20 ਕਾਲ ਕਰੋ ਤਾਂ ਤੁਹਾਨੂੰ ਰਿਜ਼ਲਟ ਹੀ ਨਾ ਆਵੇ। ਮਤਲਬ ਮੇਰੇ ਨਾਲ ਕਦੀ ਏਦਾਂ ਹੋਇਆ ਨੀ, ਤਾਂ ਮੈਂ ਤੁਹਾਡੇ ਸਭ ਮਤਲਬ ਆਪਾਂ ਸਾਰੇ ਸੇਮ ਹੀ ਆ, ਚੇਂਜ ਨਹੀਂ ਹੈਗੇ, ਠੀਕ ਹੈ। 5 ਤਰੀਕ ਤੱਕ ਦਾ 100 PV ਡਨ ਕਰੋ,
अगर कोई मतलब 15 तक रिपीट करे बहुत बेस्ट है, 15 तक ट्रिपल करे तां वी, हर एक दी अपनी कैपेसिटी किन्ना इस तो कमा सकता है। ठीक है, हुण गोल बारे थोड़ा जिहा मैं कर रही सी गल, कई जने कहिंदे ना साडे को प्रेशर नहीं, प्रेशर। हां जी, ਮੇਲਾ ਨਾ ਮੀਟਿੰਗਸ ਥੋੜਾ ਟਾਈਮ ਰਹਿ ਗਿਆ, ਮਤਲਬ ਦੁਬਾਰਾ ਤੋਂ ਆਪਾਂ ਰੀਜੁਆਇਨ ਕਰ ਸਕਦੇ ਹਾਂ ਉਸੇ ਲਿੰਕ ਦੇ ਉੱਪਰ, ਠੀਕ ਹੈ ਨਾ? ਗਲੋਬਲ ਲੀਡਰ। ਹਾਂ ਜੀ ਹਾਂ ਜੀ ਬਸ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ। ਮਤਲਬ ਬਸ ਪ੍ਰੈਸ਼ਰ, ਕਈ ਜਾਨੇ ਕਹਿੰਦੇ ਨੇ ਕਿ ਸਾਡੇ ਕੋ ਗੋਲ ਗੋਲ ਵਾ, ਸਾਡੇ ਕੋ ਪ੍ਰੈਸ਼ਰ ਨਾਲ ਨਹੀਂ ਕੰਮ ਹੁੰਦਾ ਹੈਗਾ। ਇੱਕ ਗੱਲ ਹਮੇਸ਼ਾ ਯਾਦ ਰੱਖੋ, ਪ੍ਰੈਸ਼ਰ ਤੋਂ ਬਿਨਾ ਪਰਫਾਰਮੈਂਸ ਨਹੀਂ ਹੋਏਗੀ। ਠੀਕ ਹੈ, ਜਿੰਨਾ ਦਬਾਵਾਂਗੇ ਉਨਾ ਹੀ ਕੰਮ, ਅਗਰ ਆਪਾਂ ਇਸ ਬਿਜ਼ਨਸ ਨੂੰ ਕਰਨਾ ਹੈ ਪ੍ਰੈਸ਼ਰ ਤੇ ਲੈਣਾ ਹੀ ਪਏਗਾ। ਕਈ ਵਾਰ ਕਹਿੰਦੇ ਸਾਡੇ ਕੋ ਪ੍ਰੈਸ਼ਰ ਨਹੀਂ ਹੁੰਦਾ, ਬਸ ਫਿਰ ਜੇ ਨਹੀਂ ਪ੍ਰੈਸ਼ਰ ਹੁੰਦਾ ਫਿਰ ਕੁਛ ਵੀ ਨਹੀਂ ਹੋਏਗਾ। ਠੀਕ ਹੈ ਨਾ, ਪ੍ਰੈਸ਼ਰ ਨਾਲ ਹੀ ਪਰਫਾਰਮੈਂਸ ਆਏਗੀ ਤੁਹਾਡੀ। ਇਸ ਲਈ ਅਗਰ ਇਹ ਵਾਰ ਆਪ ਇੰਨਾ ਅੱਛਾ ਆਫਰ ਆਇਆ ਵਾ, ਥੋੜਾ ਜਿਹਾ ਆਪਦੇ ਦਿਮਾਗ 'ਚ ਪ੍ਰੈਸ਼ਰ ਦਈਏ, ਥੋੜਾ ਜਿਹਾ ਘੱਟ ਸੋ ਲਾਂਗੇ, ਥੋੜਾ ਜਿਹਾ ਘੱਟ ਖਾ ਲਾਂਗੇ, ਕੁਛ ਵੀ ਨਹੀਂ ਹੁੰਦਾ। ਮੈਂ ਕਦੀ ਵੀ ਨਹੀਂ ਸੁਣਿਆ ਹੈਗਾ ਵੀ ਜਿਹੜਾ ਬੰਦਾ ਘੱਟ ਸੋਇਆ ਹੋਇਆ ਉਹਦੀ ਡੈਥ ਹੋ ਗਈ ਹੋਵੇ। ਠੀਕ ਹੈ ਨਾ, ਬਹੁਤ ਸੋ ਲਿਆ, ਥੋੜਾ ਥੋੜਾ ਜਿਹਾ ਉੱਠ ਕੇ ਆਪਾਂ ਮਤਲਬ ਕਈ ਵਾਰ ਨਾ ਲੇਡੀਜ਼ ਦੀ ਹੈਬਿਟ ਹੁੰਦੀ ਦੁਪਹਿਰੇ ਰੈਸਟ ਕਰਨਾ ਹੀ ਕਰਨਾ। ਮੈਂ ਨਹੀਂ ਕਹਿੰਦੀ ਬਿਲਕੁਲ ਨਾ ਕਰੋ, ਕਰੋ ਥੋੜਾ ਕਰੋ, ਬਟ ਥੋੜਾ ਜਿਹਾ ਜੇ ਆਪਾਂ ਲਾਈਫ ਨੂੰ 2-4 ਸਾਲ ਡਿਸਟਰਬ ਕਰ ਲਾਂਗੇ, ਹੈ ਨਾ, ਤਾਂ ਕੁਛ ਵੀ ਨਹੀਂ ਹੁੰਦਾ ਹੈਗਾ, ਕਿਉਂਕਿ ਆਪਣੇ ਕੋਲ ਪ੍ਰੋਡਕਟ ਅੱਛੇ ਨੇ, ਆਪਣੀ ਸਕਿਨ ਤੇ ਗਲੋ ਜ਼ਿਆਦਾ ਖਰਾਬ ਨਹੀਂ ਹੋਏਗਾ। ਮਤਲਬ ਮੇਨ ਗੱਲ ਕਹਿਣ ਦਾ ਹੈ ਨਾ, ਠੀਕ ਹੈ। ਮਤਲਬ ਕਿਉਂਕਿ ਕਦੀ ਵੀ ਕੋਈ ਵੀ ਇਨਸਾਨ ਕੰਮ ਕਰਕੇ ਵੀਕ ਨਹੀਂ ਹੁੰਦਾ ਹੈਗਾ, ਠੀਕ ਹੈ। ਤੇ ਇਸ ਲਈ ਮੇਨ ਇਹ ਚੀਜ਼ਾਂ, ਗੋਲ ਨੂੰ ਆਪਣੇ ਨੂੰ ਰੱਖੋ, ਡਿਫਾਈਨ ਕਰੋ ਅਸੀਂ ਕਿੰਨਾ ਕਰਨਾ ਹੈ, ਉਸਦੇ ਅਕੋਰਡਿੰਗ ਪਰਫਾਰਮੈਂਸ ਦੋ, ਤੁਹਾਡਾ ਰਿਜ਼ਲਟ ਬਹੁਤ ਅੱਛਾ ਆਏਗਾ। ਇੱਕ ਮੈਨੂੰ ਬਹੁਤ ਅੱਛੀ ਗੱਲ ਲੱਗੀ ਅਮਨ ਭਾਬੀ ਜੀ ਨੇ ਕਹੀ ਸੀ ਕਿ ਹਮੇਸ਼ਾ ਗੱਲ ਮੰਨੋ, ਲਾਈਕ ਜਿੱਦਾਂ ਹੁਣ ਮਤਲਬ ਕਿਸੇ ਵੀ ਕੰਮ ਨੂੰ ਨਾ ਸੀਰੀਅਸ ਤਰੀਕੇ ਨਾਲ ਕਰੋ। ਇੱਕ ਨਿੱਕਾ ਜਿਹਾ ਐਗਜ਼ਾਮਪਲ ਮੈਂ ਤੁਹਾਨੂੰ ਦਿੰਦੀ, ਲਾਈਕ ਸਭ ਦੇ ਬੱਚਿਆਂ ਦੀਆਂ ਮੀਟਿੰਗਸ ਹੁੰਦੀਆਂ ਨੇ, ਹੈਨਾ, ਜੂਮ ਮੀਟਿੰਗ ਸਭ ਦੀਆਂ ਹੁੰਦੀਆਂ ਨੇ। ਤੁਸੀਂ ਦੇਖੋ ਜਦੋਂ ਜੂਮ ਮੀਟਿੰਗ ਹੁੰਦੀ ਹੈ, ਮਤਲਬ ਉਹਦੇ ਚ ਆਪਾਂ ਮਤਲਬ ਮੇਰੇ ਬੇਟੇ ਦੀ 2-3 ਦਿਨ ਹੋਏ ਸਟਾਰਟ ਹੋਈ ਆ ਕਲਾਸ, ਮੈਂ ਚੈੱਕ ਕੀਤਾ ਨਾਲ ਦੀ ਨਾਲ 50 ਬੱਚੇ ਮਿੰਟ ਚ ਐਡ ਹੋ ਜਾਂਦੇ ਆ, ਸਭ ਦੇ ਕੈਮਰੇ ਓਨ ਐਨ ਆਰਾਮ ਨਾਲ ਬੈਠੇ ਹੁੰਦੇ ਆ। ਉਹ ਕਿਉਂ? ਕਿਉਂਕਿ ਉਹ ਡਰਦੇ ਨੇ, ਕੋਈ ਵੀ ਕੰਮ ਜਾਂ ਡਰਨਾ ਹੋਊਗਾ ਜਾਂ ਸ਼ੌਕ ਨਾ ਹੋਊਗਾ। ਉਹ ਬੱਚੇ ਸ਼ੌਕ ਬੈਠਾ ਨੀ ਕੋਈ ਵੀ ਪੜ੍ਹਨ ਲਈ, ਸਾਰੇ ਡਰਦੇ ਨੇ। ਬਟ ਆਪਾਂ ਦੇਖੋ ਇਹਨਾਂ ਦੋਨਾਂ ਚੋਂ ਕਿੱਦਾਂ, ਜਾਂ ਆਪਾਂ ਸ਼ੌਕ ਨਾ ਕਰਨਾ ਜਾਂ ਡਰ ਨਾ ਕਰਨਾ, ਠੀਕ ਹੈ। ਤੁਸੀਂ ਦੇਖੋ ਤੁਹਾਡੇ ਲਾਈਫ ਚ ਬਿਜ਼ਨਸ ਕਿਸ ਜਗ੍ਹਾ ਤੇ ਆ, ਕਿਉਂਕਿ ਜਿਸ ਜਗ੍ਹਾ ਤੇ ਤੁਸੀਂ ਆਪਣਾ ਇਹ ਬਿਜ਼ਨਸ ਰੱਖੋਗੇ, ਤੁਹਾਨੂੰ ਉਸ ਜਗ੍ਹਾ ਤੇ ਉਨੀ ਹੀ ਇਹ ਬਿਜ਼ਨਸ ਇਨਕਮ ਦੇਗਾ, ਉਨਾ ਹੀ ਤੁਹਾਨੂੰ ਆਪਦੀ ਲਾਈਫ ਚ ਅੱਗੇ ਤੁਸੀਂ ਗਰੋ ਕਰ ਸਕਦੇ ਹੋ ਕਿ ਆਪਾਂ ਪ੍ਰਾਇੋਰਟੀ ਸੈੱਟ ਕਰਨੀ ਆ, ਠੀਕ ਹੈ, ਇਸ ਬਿਜ਼ਨਸ ਬਾਰੇ। ਠੀਕ ਹੈ, ਮਤਲਬ ਮੇਰਾ ਜਿਹੜਾ ਟੋਪਿਕ ਸੀਗਾ, ਮੈਂ ਕਮਿਸ਼ਨ ਬਾਰੇ, ਸੋਰੀ ਮਤਲਬ ਆਫਰ ਬਾਰੇ ਦੱਸਣਾ ਚਾਹੁੰਦੀ ਸੀਗੀ ਕਿ ਆਪਦਾ ਜਲਦੀ ਜਲਦੀ 5 ਤੱਕ ਕੋਸ਼ਿਸ਼ ਕਰੋ, ਆਰਡਰ ਲੈ ਕੇ ਕੰਪਲੀਟ ਕਰੋ, ਫਿਰ ਉਹਨੂੰ ਰਿਪੀਟ ਕਰਕੇ ਟ੍ਰਿਪਲ ਜਿੰਨਾ ਵੀ ਕੋਈ ਕਰ ਸਕਦਾ ਹੈ ਕਰੋ। ਉਸ ਤੋਂ ਬਾਅਦ ਆਪਦੇ ਜਿਹੜੇ ਗੋਲ ਆ ਉਹਨੂੰ ਛੋਟੇ ਛੋਟੇ ਪਾਰਟ ਚ ਡਿਵਾਈਡ ਕਰੋ, ਠੀਕ ਹੈ। ਉਸ ਤੋਂ ਬਾਅਦ ਹਾਂਜੀ ਮਨਦੀਪ ਦੀਦੀ, ਕਿੰਨਾ ਟਾਈਮ ਰਹਿ ਗਿਆ? ਹੈਲੋ ਹੈਲੋ, ਹਾਂਜੀ ਸਕਰੀਨ ਤੇ ਨਾ ਆ ਨਹੀਂ ਰਿਹਾ, ਪਹਿਲੇ ਆਇਆ ਸੀ ਉਦੋਂ 10 ਮਿੰਟ ਪਹਿਲੇ ਆਇਆ ਸੀ ਵੀ 10 ਮਿੰਟ ਰਹਿ ਗਏ। ਚਲੋ ਆਪਣੇ ਬਸ ਫਿਰ ਕੋਜ਼ੀ ਹੋ ਜਾਏਗੀ, ਬਸ ਮੇਰਾ ਖਤਮ ਹੀ ਹੈ ਲਗਭਗ, ਆਪਾਂ ਕਲੋਜ਼। ਬਸ ਇੱਕ ਛੋਟੀ ਮੈਂ ਫਾਸਟ ਇੱਕ ਛੋਟੀ ਜਿਹੀ ਸਟੋਰੀ ਜੋ ਆਪਣਾ ਟੌਪਿਕ ਖਤਮ ਕਰੂੰਗੀ, ਆਪਣੀ ਮੀਟਿੰਗ ਫਿਰ ਖਤਮ ਹੋ ਜਾਏਗੀ, ਠੀਕ ਹੈ। ਦੁਬਾਰਾ ਜੁਆਇਨ ਹੋਣ ਦੀ ਜ਼ਰੂਰਤ ਨਹੀਂਗੀ। ਇੱਕ ਭਿਖਾਰੀ ਦੀ ਮੈਂ ਫਾਸਟ ਕਵਰ ਕਰੂੰਗੀ ਸਟੋਰੀ। ਇੱਕ ਭਿਖਾਰੀ ਸੀਗਾ, ਬਹੁਤ ਜ਼ਿਆਦਾ ਫੇਮਸ ਸੀਗਾ, ਮਤਲਬ ਬਹੁਤ ਜ਼ਿਆਦਾ, ਲਾਈਕ ਜਿੱਦਾਂ ਨਾ ਹਰ ਇੱਕ ਨੂੰ ਪਤਾ ਹੁੰਦਾ ਸੀ ਵੀ ਉਹ ਭਿਖਾਰੀ ਉੱਥੇ ਬੈਠਾ ਹੋਇਆ ਵਾ, ਵੀ ਆਪਣੇ ਏਰੀਏ ਦਾ ਸਭ ਤੋਂ ਫੇਮਸ ਭਿਖਾਰੀ ਸੀਗਾ, ਠੀਕ ਹੈ। ਜਦੋਂ ਉਸਦੀ ਡੈਥ ਹੋ ਗਈ, ਉਹ ਭਿਖਾਰੀ ਦੀ ਡੈਥ ਹੋ ਗਈ, ਤੇ ਉਹਨੂੰ ਮਤਲਬ ਜਿੱਦਾਂ ਉਹਨੂੰ ਦਾ ਮਤਲਬ ਲਾਗੇ ਵਾਲੇ ਆਏ, ਉਹਨੂੰ ਚੱਕਣ ਆਏ, ਉਹਦਾ ਜਿੱਦਾਂ ਸਫਾਈ ਸਫੂਈ ਕੀਤੀ, ਉੱਥੋਂ ਥੋੜਾ ਬਹੁਤਾ ਮਤਲਬ ਉਹਨਾਂ ਨੇ ਖੋਦਿਆ ਹੋਊਗਾ ਕੁਛ ਜਗ੍ਹਾ, ਉਹਦੇ ਨੀਚੋਂ ਬਹੁਤ ਸਾਰਾ ਸੋਨਾ ਹੀਰੇ ਜਵਾਹਰਾਤ ਨਿਕਲੇ। ਤਾਂ ਹੈਰਾਨ ਸੀ ਲੋਕ, ਸਾਰੀ ਜ਼ਿੰਦਗੀ ਇਹ ਭਿਖਾਰੀ ਇੱਥੇ ਬੈਠ ਕੇ ਭੀਖ ਮੰਗਦਾ ਰਿਹਾ, ਕਿੱਡਾ ਬੇਵਕੂਫ ਸੀਗਾ, ਇਹਨੂੰ ਕਦੀ ਪਤਾ ਹੀ ਨਹੀਂ ਸੀਗਾ ਵੀ ਇਹਦੇ ਥੱਲੇ ਕਰੋੜਾਂ ਅਰਬਾਂ ਦੀ ਪ੍ਰੋਪਰਟੀ ਛੁਪੀ ਹੋਈ ਸੀਗੀ, ਠੀਕ ਹੈ। ਤੇ ਉੱਥੋਂ ਹੀ ਕੋਈ ਹੋਰ ਹੋਊਗਾ, ਐਵੇਂ ਵਾਲਾ ਹੀ ਹੋਊਗਾ ਮੇਰੇ ਹਿਸਾਬ ਨਾਲ। ਉਹਨੇ ਕਿਹਾ ਤੁਸੀਂ ਕਦੀ ਆਪਣਾ ਆਪਦੇ ਘਰ ਨੀਚੇ ਖੋਦ ਕੇ ਦੇਖਿਆ ਕਿ ਤੁਹਾਡੇ ਘਰ ਦੇ ਨੀਚੇ ਕੀ ਆ? ਸੇਮ ਇਹੀ ਚੀਜ਼ ਆ, ਆਪਾਂ ਦੂਸਰੇ ਬਾਰੇ ਤਾਂ ਬਹੁਤ ਕੁਛ ਕਹਿੰਦੇ ਨੇ, ਆਪਾਂ ਇੱਕ ਵਾਰ ਆਪਣੇ ਆਪ ਤੇ ਮਤਲਬ ਆਪਣੇ ਆਪ ਨੂੰ ਖੋਦ ਕੇ ਦੇਖੀਏ ਕਿ ਏਦਾਂ ਹੀ ਆਪਣੀ ਲਾਈਫ ਆ, ਏਦਾਂ ਹੀ ਆਪਾਂ ਦੁਨੀਆ 'ਚ ਆਏ ਆ, ਸਭ ਸੇਮ ਏਦਾਂ ਹੀ ਚੱਲ ਜਾਣਾ। ਬਟ ਇੱਕ ਵਾਰ ਹਰ ਇੱਕ ਦੇ ਅੰਦਰ ਇੰਨੀ ਜ਼ਿਆਦਾ ਮਤਲਬ ਕਪੈਸਿਟੀ ਆ, ਇੰਨਾ ਮਤਲਬ ਹੀਰੇ ਜਵਾਹਰਾਤ ਆਪਣੇ ਅੰਦਰ ਛਿਪੇ ਹੋਏ ਵਾ, ਆਪਣੀ ਕਪੈਸਿਟੀ ਆ ਸਭ ਕੁਛ, ਉਹਨੂੰ ਅਗਰ ਆਪਾਂ ਖੋਦਾਂਗੇ, ਅਗਰ ਆਪਾਂ ਆਪਣੀ ਹਰ ਇੱਕ ਚੀਜ਼ ਨੂੰ ਮਤਲਬ ਐਫਰਟ ਕਰਾਂਗੇ, ਆਪਣਾ ਮਿਹਨਤ ਕਰਾਂਗੇ, ਤਾਂ ਉਸ ਚੀਜ਼ ਨੂੰ ਆਪਾਂ ਬਾਹਰ ਕੱਢ ਸਕਦੇ ਹਾਂ। ਨਹੀਂ ਤਾਂ ਫਿਰ ਬਸ ਭਿਖਾਰੀ ਵਾਲੀ ਹਾਲਤ ਹੋਣੀ ਆ ਕਿ ਆਪਾਂ ਇਹ ਦੁਨੀਆਂ ਚੋਂ ਚੱਲ ਜਾਣਾ, ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਹੈਗਾ ਕਿ ਆਪਣੇ ਅੰਦਰ ਕੀ ਚੀਜ਼ ਛਿਪੀ ਹੋਈ ਸੀਗੀ।